ਦੁੱਧ ਦੀ ਫੁੱਲ ਉਮੀਦ ਆ ਵੀਰੇ, ਇੱਥੇ ਠੰਡੀ ਸੀਲ ਬਹੁਤ ਆ ਵੀਰੇ, ਬੈਠ ਪੀ ਐਸ ਦੇ ਸੀਮਨ ਦੀ ਆ, ਮਗਰ ਵੀਰੇ ਵੱਛੀ ਬਹੁਤ ਚੰਗੀ ਆ ਦੇ। ਸਵਾਗਤ ਆ ਦੋਸਤੋ ਤੁਹਾਡਾ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780205213। ਅੱਜ ਦੀ ਵੀਡੀਓ ਧਰਮਕੋਟ ਦੀ ਆ, ਤਹਿਸੀਲ ਵੀ ਨੂੰ ਧਰਮਕੋਟ ਰਹਿੰਦੀ ਆ, ਜ਼ਿਲ੍ਹਾ ਦੋਸਤੋ ਮੋਗਾ ਰਹਿੰਦਾ। ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਸੱਜਰ ਸੂਈ ਵਹਿੜ ਆ, ਕੀ ਗੱਲਬਾਤ ਆ, ਜ਼ਿਆਦਾ ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰਦੇ ਹਾਂ। ਗਰਮੀਆਂ ਦਾ ਤੋਹਫਾ ਹੀ ਆ ਦੋਸਤੋ, ਗਰਮੀ ਦੇ ਦੇਣ ਆ, ਚੰਗੀ ਬਰੀਡ ਆ। ਆ ਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਨਾਮ ਤੇ ਐਡਰੈਸ ਦੱਸੀ ਬਾਈ। ਨਾਮ ਸੰਦੀਪ ਸਿੰਘ ਹੈ ਜੀ, ਸ਼ਹਿਰ ਧਰਮਕੋਟ, ਜ਼ਿਲ੍ਹਾ ਮੋਗਾ ਜੀ ਆਪਣਾ। ਠੀਕ ਹੈ ਜੀ, ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ ਹੈਗਾ 84374। ਠੀਕ ਹੈ, 6152। ਇੱਕ ਵਾਰੀ ਹੋਰ ਬੋਲ ਦੀ, 84374 6152। ਠੀਕ ਹੈ ਜੀ ਦੋਸਤੋ, ਇੱਕ ਰਿਕੁਐਸਟ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਕਈ ਵੀਰ ਮੈਨੂੰ ਫੋਨ ਲਾ ਲੈਂਦੇ, ਜਿਹੜਾ ਮੇਰਾ ਨੰਬਰ ਆ ਉੱਪਰਲੇ ਪਾਸੇ ਚੱਲਦਾ ਹੈਗਾ, ਮੇਰਾ ਕੰਮ ਆ ਵੀਡੀਓ ਬਣਾਉਣਾ। ਜਿਹੜਾ ਤੁਸੀਂ ਇਹ ਜਾਨਵਰ ਲੈਣਾ, ਇਹਦੇ ਲਈ ਬਾਈ ਨੂੰ ਕਾਲ ਕਰਨੀ, ਕਈ ਵਾਰ ਕਾਹਲੀ ਹੋ ਜਾਂਦੀ ਜਾਂ ਗਲਤੀ ਨਾਲ ਮੈਨੂੰ ਫੋਨ ਲੱਗ ਜਾਂਦਾ, ਧਿਆਨ ਰੱਖਿਓ ਬਾਈ ਦਾ ਨੰਬਰ ਥੱਲੜਲੇ ਪਾਸੇ ਚੱਲਦਾ ਸਕਰੀਨ ਤੇ। ਬਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖਦੇ ਹਾਂ, ਕਿੰਨਵਾਂ ਸੂਆ ਸੂਈ ਹੋਈ ਹੈ ਇਹਦੀ? ਪਹਿਲਾ ਸੂਆ ਜੀ। ਠੀਕ ਹੈ, ਚਾਰ ਦੰਦ ਰੀਜਨਲ ਆ ਵੱਛੀ ਜੀ ਮੂੰਹ। ਠੀਕ ਹੈ ਜੀ, ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ ਜੀ ਅੱਜ 12 ਦਿਨ ਹੋ ਗਏ ਜੀ। ਅੱਛਾ, 12 ਦਿਨ ਹੋ ਗਏ। ਹਾਂਜੀ ਠੀਕ ਹੈ ਜੀ, ਤੇ ਹੁਣ ਦੁੱਧ ਕਿੰਨਾ ਤਿਆਰ ਹੈ ਇਸ ਵਕਤ? ਦੁੱਧ ਇਸ ਟਾਈਮ ਤਿਆਰ ਆ ਜੀ, ਆਪਾਂ ਲੈ ਕੇ ਆਂਦੀ ਆ ਆਪਣੇ ਘਰ ਦੀ ਨਹੀਂ, ਆਪਾਂ ਲਿਆ ਕੇ ਸੇਲ ਅੱਗੇ ਵੇਚਦੇ ਆ। ਠੀਕ ਹੈ ਜੀ, ਇਹ ਵੱਛੀ ਆਪਾਂ ਉਹਨਾਂ ਦੇ ਘਰੇ ਦੇ ਚੋਇਆ ਦੇ ਥੱਲੇ 13 ਕਿਲੋ। ਠੀਕ ਹੈ ਜੀ, ਤੇ ਆਪਾਂ ਕਿਲੋ ਘੱਟ ਦੱਸ ਕੇ ਦੇਣੀ ਆ। ਦੁੱਧ ਸਾਡਾ ਲੀਟਰ ਅਗਲੇ ਦਾ, ਦੋ ਡੰਗ ਇਥੋਂ ਮਿਣ ਕੇ ਲਈ ਜਾਵੇ, 12 ਕਿਲੋ ਲੀਟਰਾਂ ਨਾਲ ਮਿਣ ਕੇ ਲਵਾਂਗੇ ਵੱਛੀ ਦੇ ਲਈ। ਠੀਕ ਹੈ, ਜਾਣ ਕੇ 12 ਲੀਟਰ ਮਿਣ ਕੇ ਦੇਵਾਂਗੇ। ਤੇ ਜੇ ਮੰਨ ਲਓ ਹਜੇ ਅਜੇ ਆਈ ਹੋਈ ਆ, ਖਾਦਾ ਖੁਦਾ ਵੀ ਕੁਝ ਨਹੀਂ, ਅਗਰ ਜੇ ਆਪਾਂ ਕੋਈ ਸੇਵਾ ਕਰਦਾ ਦੁੱਧ ਇਹਨੇ 14 ਤੋਂ 15 ਲੀਟਰ ਪਹਿਲਾਂ ਦੇ ਚਵਾਉਣਾ। ਠੀਕ ਹੈ ਜੀ, ਇੱਕ ਆ ਦੰਦ ਵਿਖਾ ਦੋ ਰੀਜਨਲ, 4 ਦੰਦ ਆ, ਇਹ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਹੁੰਦੀ ਗੀ, ਖੜ ਜਾ। ਆ ਵੇਖੋ ਕੋਈ ਇਕਲਾ ਤਾਂ ਕਹਿਣ ਨਹੀਂ ਦੇ ਸਕਦੇ ਦੋਸਤੋ, ਰੀਜਨਲ 4 ਦੰਦ ਆ, ਚੌਂਗੀ ਮੂੰਹ ਆ। ਤੇ ਮਗਰ ਬੱਚਾ ਕੀ ਹੈ ਬਈ? ਮਗਰ ਜੀ ਵੱਛੀ ਆ ਜੀ। ਅੱਛਾ, ਵੱਛੀ ਆ। ਹਾਂਜੀ ਠੀਕ ਹੈ ਦੋਸਤੋ, ਮਗਰ ਵੱਛੀ ਆ, ਵੱਛੀ ਬਾਰੇ ਵੀ ਗੱਲਬਾਤ ਕਰਦੇ ਹਾਂ, ਪਹਿਲਾਂ ਆਪਾਂ ਜਾਨਵਰ ਤੋੜ ਕੇ ਦਿਖਾ ਦਈਏ। ਵੱਛੀ ਵੀ ਬਹੁਤ ਚੰਗੀ ਆ, ਵੱਛੀ ਦੀ ਗਰੋਥ ਬਹੁਤ ਆ, ਲੰਬਾਈ ਵੀ ਬਹੁਤ ਜ਼ਿਆਦਾ ਆ, ਸੀਮਨ ਬਹੁਤ ਚੰਗੇ ਦੀ ਆ। ਕਿਹੜੇ ਸੀਮਨ ਦੀ ਆ ਜੀ? ਸੀਮਨ ਯਾਰ ਮੈਨੂੰ ਚੇਤੇ ਨੇ, ਮੈਂ ਦੱਸਿਆ ਉਹਨਾਂ ਨੇ ਸੀਗਾ, ਪਰ ਮੈਨੂੰ ਯਾਦ ਨਹੀਂ ਰਿਹਾਗਾ। ਠੀਕ ਹੈ, ਕਿਹੜੀ ਕੰਪਨੀ ਦਾ? ਬੀਐਸ ਦਾ, ਪਤਾ ਨਹੀਂ ਕਿਹੜਾ ਆ ਦਾ, ਏਬੀਐਸ ਦਾ ਸੀਮਨ, ਏਬੀਐਸ ਦਾ ਉਹਨਾਂ ਨੇ ਭਰਾਇਆ, ਸ਼ੌਂਕ ਨਾਲ ਵੱਛੀ ਰੱਖੀ। ਠੀਕ ਹੈ ਜੀ, ਮੈਂ ਗੇੜਾ ਦਵਾਲੀ ਇੱਕ ਹੋਰ ਮੜਾ ਤੁਰ ਆਰਾਮ ਦੇ, ਮਗਰ ਤੋਂ ਦੇਖ ਸਕਦੇ ਮੂੰਹ ਮੱਥਾ ਸਨੱਕਾ, ਸਾਈਵਾਲ ਚ ਪੈਂਦੇ, ਥਾਣਾ ਹਵਾਨਾ ਬਹੁਤ ਸੋਹਣਾ ਹੈਗਾ, ਦੇਖ ਸਕਦੇ ਥਾਣਾ ਹਵਾਨਾ ਨੇੜੇ ਤੋਂ ਵੀ ਦਿਖਾ ਦਿੰਦੇ ਤੁਹਾਨੂੰ। ਮੋੜ ਨਹੀਂ ਬਈ, ਕੱਦ ਕਾਟ ਵੀ ਚੰਗਾ ਹੈਗਾ ਪਹਿਲੇ ਸੂਏ ਦੇ ਹਿਸਾਬ ਨਾਲ। 12 ਕਿਲੋ ਦੁੱਧ, 4.5 ਲੀਟਰ ਲਿਆ ਬਾਈ ਨੇ, ਭਾਵੇਂ 2 ਡੰਗ ਚੋਲ, 3 ਡੰਗ ਚੋਲ, ਥਾਣਾ ਤੁਹਾਨੂੰ ਅੱਗੇ ਤੋਂ ਵੀ ਦਿਖਾਵਾਂਗੇ ਬਾਈ। ਉਹ ਦੱਸਦੇ ਵੀ ਸੀ ਖਾਓ ਇੱਕ ਵੀਰੇ, ਹਾਂ ਉਹੀ ਚੀਜ਼ ਦਿਖਾਉਣੀ ਆ। ਦੇਖੋ ਇੱਕ ਉਹ ਨਹੀਂ ਕੰਮ ਹੋਊਗਾ ਵੀ ਕਿਸੇ ਨੂੰ ਘਰੇ ਚੋ ਕੇ ਵੀ ਮੈਂ ਲੱਤਾਂ ਮਰਜੀ, ਜਿਵੇਂ ਪਹਿਲਾਂ ਬੱਚੀ ਵਾਲੇ ਥਾਣ ਦੇ ਵਿੱਚ ਜਿਵੇਂ ਮਰਜੀ ਬਹਿ ਜਾਓ ਥੱਲੇ। ਇਹ ਗੱਲ ਮੈਂ ਕਰਦਾ ਹੀ ਇੱਕ ਹੋਰ ਚੀਜ਼ ਆ, ਚਵਾਈ ਬਹੁਤ ਸੋਹਣੀ ਹੈ, ਸੋਹਣੀ ਚਵਾਈ, ਬੜੀ ਸੋਹਣੀ ਚਵਾਈ ਆ ਯਾਰ, ਜਵਾਕ ਚੋਲ ਵੇ ਨਿਕਲ ਜਾ ਬੱਚੀ ਨੂੰ। ਆ ਦੇਖੋ ਮੇਨ ਹੁੰਦਾ ਜਿਵੇਂ ਸ਼ਾਹੀ, ਇਹ ਬੱਚੀ ਸ਼ਾਹੀ ਵਾਲਾ ਬੱਚੀ, ਇਹਦੇ ਟੀਕਾ ਜਰਸੀ ਦਾ, ਮਗਰ ਠੀਕ ਹੈ ਜੀ, ਇਹ ਦੋਨੇ ਚੀਜ਼ਾਂ ਮਿਲ ਜਾਣੀਆਂ ਇੱਕ ਮੁੱਲ 'ਚ। ਜੇ ਅਗਲਾ ਸ਼ਾਹੀਵਾਲ ਦਾ ਸ਼ਕੀਨ ਹੈ, ਸ਼ਾਹੀਵਾਲ ਵੀ ਮਿਲ ਜਾਣੀ, ਇਹਦੇ ਜਰਸੀ ਵੱਛੀ ਮਿਲ ਜਾਣੀ ਨਾਲ। ਨੰਬਰ 2, ਇਹਦੇ ਜੇ ਇਹ ਗਾਉਣਾ ਜੀ ਵੱਛੀ ਦੇ ਵਿੱਚ, ਆਏ ਨਹੀਂ ਵੀ ਚੋਣ ਮੌਕੇ ਲੱਤਾਂ ਮਾਰੂ, ਕੋਈ ਕਹਿ ਦਿੰਦਾ ਢੰਗਾ, ਕੋਈ ਕਹਿੰਦੇ ਨਿਆਣਾ ਕਹਿੰਦੇ ਆ, ਭਾਵੇਂ ਉਹ ਵੀ ਨਾ ਪਾਓ। ਠੀਕ ਹੈ, ਐਂ ਬਹਿ ਜਾਓ, ਕੁਛ ਨਹੀਂ ਪਾਉਣਾ, ਚਾਹੇ ਐਂ ਬਹਿ ਕੇ ਵੱਛੀ ਨੂੰ ਚੋਲੋ ਲੈ, ਐਂ ਨਹੀਂਗਾ ਵੀ ਭੈਣ ਲੱਤਾਂ ਮਾਰੀ ਜਾਊਗੀ ਨਾ। ਠੀਕ ਹੈ, ਸਹੀ ਹੈ ਦੋਸਤੋ, ਦੇਖ ਸਕਦੇ ਹੋ ਠੰਡੀ ਸੀਲ ਫੁੱਲ ਹੈ, ਕਈ ਵਾਰ ਭੈਣਾਂ ਦੇ ਵੀ ਫੋਨ ਆਉਂਦੇ, ਜਿਵੇਂ ਮਰਜੀ ਚੋਲਾ ਯਾਰ ਵੀਰੇ, ਚਾਹੇ ਢੰਗਾਂ ਨਾ ਪਾਈ, ਐਂ ਬਹਿ ਖੜੀ ਨੂੰ ਚੋਲਾ ਵਿਚਾਰੀ ਨੂੰ। ਇੱਕ ਗੱਲ ਹੋਰ ਦਿੰਦਾ ਨਾ, ਬੱਚੀ ਦੀ ਕੁਆਲਿਟੀ ਜਾਂ ਰੰਗ ਚਮਕ ਲੋ ਕਿਤੋਂ ਖੁੰਜੀ ਨੀ, ਸਹੀ ਦੱਸ ਅਜੇ ਚੌਗੀ ਵੱਛੀ ਆ, ਆਪ ਵੀ ਵੱਛੀ ਆ, ਮਗਰ ਵੀ ਵੱਛੀ ਆ, ਸਹੀ ਆ। ਆਪਾਂ ਵੀਰੇ ਕਹਿਣ ਨਾ, ਮੂੰਹ ਨੇ ਕਹਿਣ ਨਾ ਨੀ ਕਰਦੇ ਗੇ, 12 ਲੀਟਰ ਅਗਲਾ ਮਾਰ ਕੇ ਮੇਰੇ ਘਰੋਂ ਲਿਜਾਵੇ ਦੋੜਾਂ, ਠੀਕ ਆ, ਲੀਟਰ ਆਪਦਾ ਲਿਆਵੇ, ਮਿਣ ਕੇ ਲੈ ਜਾਏ, ਠੀਕ ਨੀ ਗੱਲ ਦੋਸਤੋ। ਦੇਖ ਸਕਦੇ ਹੋ
ਵੱਛੀ ਸੁਨੱਖੀ ਬਹੁਤ ਆ, ਥਾਣਾ ਮਰਨਾ ਵੀ ਬਹੁਤ ਆ, ਠੰਡੀ ਸੀਲ ਵੀ ਬਹੁਤ ਆ। ਕੋਈ ਵੀਰ ਭੈਣ ਘਰੇ ਚੋਣ ਵਾਲਾ ਭੈਣਾਂ ਦਾ ਫੋਨ ਆਉਂਦਾ ਵੀ ਠੰਡੀ ਸੀਲ ਹੋਣੀ ਚਾਹੀਦੀ, ਦੁੱਧ ਵਾਲੇ ਕਿਲੋ ਘੱਟ ਹੀ ਕੱਢਦੇ। ਕੈਮਰਾ ਆਪਾਂ ਬਿਲਕੁਲ ਕਲੋਜ਼ ਕਰਤਾ ਥਾਣਾ ਮਰਨਾ, ਤੁਹਾਨੂੰ ਦਿਖਾ ਦਿੰਦੇ ਅੱਗੇ ਪਿੱਛੇ ਤੋਂ ਸਾਰੇ ਪਾਸੇ ਤੋਂ ਪੱਟਾਂ 'ਚ ਫਸਾ ਹਵਾਨਾ, ਹਵਾਨਾ ਵੀ ਬਹੁਤ ਚੰਗਾ ਦੇ ਸਕਦੇ ਹੋ, ਅੱਗੇ ਪਿੱਛੇ ਵੀ ਦਿਖਾ ਦਿੰਦੇ। ਕੈਮਰਾ ਇੰਨਾ ਕਲੋਜ਼ ਕਰਤਾ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਠੰਡੀ ਸੀਲ ਦਾ, ਤਾਂ ਕਿਉਂਕਿ ਅੱਗੇ ਨੂੰ ਅਗਾੜੀ ਵੀ ਚੰਗੀ, ਦੁੱਧ ਵਾਲਾ ਜਾਨਵਰ ਆ, ਬਾਕੀ ਦੁੱਧ ਤੁਹਾਡੀ ਸੇਵਾ ਤੇ ਵੀ। ਫੇਸ ਦੀ ਕੁਆਲਿਟੀ ਦਿਖਾ ਦੇ ਵੀਰੇ, ਮੂੰਹ ਮਾ ਬਹੁਤ ਸੋਹਣਾ ਬੱਚੀ ਦਾ। ਬਾਕੀ ਥਣ ਬਹੁਤ ਸੋਹਣਾ ਲੱਗਿਆ, ਹੱਥੀ ਚਵਾਈ ਵਾਲਾ ਥਣ ਆ, ਸ਼ਾਈਨਿੰਗ ਵੀ ਪੂਰੀ ਆ, ਬੱਚੀ ਕਿਸੇ ਪਾਸੋਂ ਤੁਹਾਨੂੰ ਕਮੀ ਨਹੀਂ ਦਿਸਣੀਗੀ। ਮੂੰਹ ਮੱਥੇ ਦੀ ਬਹੁਤ ਸੁਨੱਖੀ ਆ। ਜੇ ਕਹਿੰਦੇ ਇੱਕ ਵਾਰੀ ਤੋਰ ਦਿਓ, ਤੋਰ ਦੇ ਬਈ, ਤੋਰ ਦੇ, ਮੈਂ ਤੋਰ ਦਿੰਦਾ, ਤੋਰ ਕੇ ਦਿਖਾ ਦਿੰਦੇ ਹਾਂ ਦੋਸਤੋ ਤੁਹਾਨੂੰ। ਥੱਲੀ ਕੀਤੀ ਚੰਗੀ ਹੁੰਦੀ ਹੈ ਨਾ, ਥੋੜੀ ਨਾ ਤਿਆਰੇ ਦੀ ਔਲ ਕਰਦੀ ਆ, ਘਬਰਾਉਂਦੀ ਆ ਤਿਆਰ, ਆਪਾਂ ਆਇਆ ਨਹੀਂ ਕਦੇ ਬਾਈ ਨੇ ਸ਼ਕੀਨ ਨੇ ਝਾਂਜਰਾ ਹੀ ਪਾ ਰੱਖਿਆ ਕਦੇ ਸ਼ਕੀਨ ਆ ਬਈ, ਚੰਗੇ ਪਸ਼ੂ ਦੀ ਪੈਂਦੀਆਂ ਮਾੜੇ ਦੇ, ਇਹਦੇ ਚ ਨਫੇ ਨੂੰ ਫਿਰ ਨੀ, ਸ਼ੌਂਕ ਹੀ ਆ ਆਪਾਂ ਨੂੰ, ਬੱਚੀ ਸੋਹਣੀ ਲੱਗਦੀ ਤਾਂ ਪਾਈਆਂ। ਤੂੰ ਹੁਣ ਇੱਕ ਮਿੰਟ ਵੀਰੇ, ਤੂੰ ਸਿਆਣਾ ਜੀ ਨੇ ਲੱਤਾਂ ਮਾਰਨੀ, ਉਹਦੇ ਝਾਂਜਰਾ ਕੌਣ ਪਾਊਗਾ, ਇਹ ਤਾਂ ਸ਼ੌਂਕ ਆ, ਸ਼ੌਂਕ ਨਾ ਪਾਈਆਂ ਇਹਦੇ ਆਪਾਂ, ਇਹਦੇ ਚ ਕੋਈ ਨਫੇ ਦੀ ਗੱਲ ਨੀ, ਜਿਹੜਾ ਲੈ ਗਿਆ ਬੱਚੀ ਦਾ ਅਗਲਾ ਲੂਣ ਹੀ ਪੱਟ ਕੇ ਦੁਬਾਰਾ ਦਿੰਦਾ ਕਿ। ਹੁਣ ਜੇ ਬੱਚਾ ਹੁੰਦਾ ਲਿਆਣਾ ਤਾਂ ਅਗਲੇ ਨੇ ਤਾਂ ਵੀ ਬੱਚੀ ਦੀ ਗੱਲ ਕਰ ਲੈਣ ਦੋਸਤੋ, ਬੱਚੀ ਦੀ ਕੁਆਲਿਟੀ ਵੀ ਦੇ ਸਕਦੇ ਇੱਕ ਵੀਰ ਜੀ, ਤੁਹਾਨੂੰ ਦੋ ਫਾਇਦੇ ਹੋਣਗੇ, ਕਿਉਂਕਿ ਮਗਰ ਜਰਸੀ ਦੀ ਬੱਚੀ ਆ, ਆਪ ਸ਼ਾਹੀਵਾਲ ਚ ਪੈਂਦੀ ਆ, ABS ਦੇ ਸੀਮਨ ਦੀ, ਬਾਈ ਨੂੰ ਸੀਮਨ ਦਾ ਪ੍ਰੋਪਰ ਪਤਾ ਨਹੀਂਗਾ, ਗਰੋਥ ਦੇ ਸਕਦੇ ਬਾਈ, ਗਰੋਥ ਦੇਖੋ ਬੱਚੀ ਦੀ ਕਿੰਨੀ ਜ਼ਿਆਦਾ ਯਾਰ, ਗਰੋਥ ਬਹੁਤ ਚੰਗੀ ਆ। ਹੁਣ ਵੀਰੇ ਹੁਣ ਤਾਂ ਵੀ ਦਿਖਾ ਦਿੰਦੇ ਆ ਤੇ ਆਪਾਂ ਦੇਖ ਲਓ, ਥੋੜੀ ਜਿਹੀ ਨਿੱਕੀ ਜਿਹਾ ਨਾ ਹੱਥ ਲਾਉਣ ਦਾ, ਥਣ ਦੇਖੋ ਕਿੰਨੇ ਮੋਟੇ ਆ, ਖੜ ਜਾ, ਸਹੀ ਗੱਲ ਆ ਦੋਸਤੋ, ਥਣ ਮੋਟੇ ਆ, ਆ ਕੇ ਦੇ ਸਕਦੇ ਆ, ਚਾਰ ਹੀ ਥਣ ਬਈ ਇਹਦੇ, ਹਾਂ ਚਾਰ ਹੀ। ਪਤਾ ਗੱਲ ਕੀ ਆ ਵੀਰੇ, ਇਹ ਜੇ ਹੁੰਦਾ ਇੱਕ ਮਿੰਟ ਬੱਚਾ ਹੋਇਆ ਲੈ ਕੇ ਤਾਂ ਅਗਲੇ ਨੇ ਬੱਚਾ ਵੀ ਜਾਣਾ ਵਾ, ਠੀਕ ਆ, ਪਰ ਇਹਦੇ ਨਾਲ ਹੁਣ ਦੇਖੋ ਬੱਚੀ ਤੋਂ ਹੀ ਗਾਂ ਬਾਨੀ ਆ, ਜਿੰਨੀ ਬੱਚੀ ਦੀ ਗਰੋਥ ਆ, ਇਹ ਸਾਲ ਦੀ ਬੱਚੀ ਯਾਨੀ ਕਿ ਸੀਮਨ ਦੇ ਨੇੜੇ ਹੋ ਜਾਣੀ ਆ, ਸੀਮਨ ਧਰਾਉਣ ਦੀ ਬਣ ਜਾਣੀ, ਸੇਵਾ ਚੰਗੀ ਹੋ ਜੇ ਤਾਂ ਛੇਤੀ ਤਿਆਰ ਹੋ ਜੇ, ਹਾਂਜੀ ਹਾਂਜੀ। ਤੇ ਪਰ ਚਲੋ ਅੱਗੇ ਮਾਲਕ ਆ, ਪਰ ਅੱਜ ਦੋਨੇ ਪਸ਼ੂ ਇਹ ਬੱਚਾ ਹੋਇਆ ਤੇ ਬੱਚੀ ਹੋਈ ਤੇ ਨਿੰਦਣ ਵਾਲੀ ਨਹੀਂ ਕੋਈ ਚੀਜ਼ ਹੈਗੀ, ਹਨਾ ਜੀ। ਬੱਚੀ ਦੀ ਗਰੋਥ ਦੋਸਤੋ ਤੁਹਾਨੂੰ ਫੇਰ ਦਿਖਾ ਦਿੰਦੇ ਆ, ਗਰੋਥ ਬਹੁਤ ਚੰਗੀ ਹੈ, ਅਵੇਲੇਬਲ ਵੀ ਚੰਗੀ ਆ, ਬਾਕੀ ਚੰਗੀ ਸਾਂਭ ਸੰਭਾਲ ਹੋ ਜੇ, ਬੱਚੀ ਵੀ ਤਿਆਰ ਹੋ ਜੂਗੀ ਮਾਂ ਦੇ ਮਗਰ। ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਉਹਦੀ ਮਾਂ ਵੀ ਦੇ ਸਕਦੇ, ਬੱਚੀ ਉਦੋਂ ਵੀ ਚੰਗੀ, ਮਾਂ ਨਾਲ ਚੰਗੀ, ਕਿਉਂਕਿ ਜਰਸੀ ਦੀ ਆਪ ਸ਼ਾਹੀਵਾਲ ਦੀ ਆ, ਕੰਨ ਦੀ ਕੁਆਲਿਟੀ ਉਹ ਕੰਨ ਨਹੀਂ ਕਿਨੀ ਗਿਆ ਜਾਵਾਂ, ਮੂੰਹ ਮੱਥਾ ਹੀ ਬਹੁਤ ਚੰਗਾ ਜਰਸੀ ਵਾਲੇ, ਤੁਸੀਂ ਦੇਖ ਹੀ ਸਕਦੇ ਹੋ ਫੇਸ ਕੁਆਲਿਟੀ ਤੇ। ਤਾਂ ਬਈ ਆਪਾਂ ਮੁੱਲ ਦੀ ਗੱਲ ਕਰੀਏ, ਫਿਰ ਰੇਟ ਕਿੰਨਾ ਰੱਖਦਾ ਇਹਦਾ ਵੀਰੇ, ਮੁੱਲ ਲੋਕਦਾ ਜਾਂ ਸੜ ਦੀਆਂ ਵੇਚਦੇ, ਪਹਿਣ ਦੀਆਂ ਹੀ ਵੇਚਦੇ ਆ, ਪਰ ਆਪਾਂ ਤਾਂ ਛੋਟੇ ਮੁੱਲ ਦੇ 48,000 ਨੂੰ ਵੱਛੀ ਦੇਵਾਂਗੇ ਵੀਰੇ। ਅੱਛਾ ਬਈ, ਇਹਦੇ ਚ ਮਾਨਤਾਨ ਹੋ ਜੂਗਾ, ਮਾਨਤਾਨ ਹੋਊਗਾ ਬੜਾ ਜਲਦੀ, 100 ਰੁਪਈਏ ਦਾ ਮਾਨਤਾਨ ਕਰ ਦਾਂਗੇ, ਠੀਕ ਆ। ਇੰਨਾ ਨੀਗਾ ਆਪਾਂ ਨੂੰ ਕੋਈ ਫੋਨ, ਜੇ ਕੋਈ ਭੈਣ ਭਰਾ ਵੇਖ ਲੈਂਦਾ ਵਾ ਵੀਡੀਓ 2-3 ਵਾਰੀ ਦੇਖ ਕੇ ਫਿਰ ਆਪਾਂ ਨੂੰ ਕਾਲ ਕਰੇ, ਹਾਂ ਸੱਲੀ ਕਰਕੇ 2 ਹੋਰ ਵੀਡੀਓ ਵੀ ਦੇਖ ਲਵੇ ਕੱਢ ਕੇ, ਜੇ ਉਹਨਾਂ ਰੇਟ 'ਚ ਆਪਣੇ 'ਚ ਫਰਕ ਲੱਗਿਆ, ਆਪਾਂ ਕਹਿੰਦੇ ਨਹੀਂ ਵੀਰੇ ਮੈਂ 5,000 ਲੈਸ ਚੱਲਦਾ, ਠੀਕ ਹੈ 5,000 ਲੈਸ ਹੁੰਦਾ ਮੇਰੇ ਪਹੁ ਜਿਹੜੇ, ਜੇ ਛੋਟਾ ਪਹੁ 3,000 ਲੈਸ ਮੇਰੇ ਤੋਂ ਲਿਆ ਕੇ ਵੇਚਣ ਵਾਲੇ ਹੀ ਲੈ ਕੇ ਜਾਂਦੇ ਜਿਹੜੇ ਵੇਚਦੇ ਅੱਗੇ ਜਾ ਕੇ, ਸਹੀ ਹੈ ਤੇ। ਪਰ ਅੱਜ ਸੋਹਣਾ ਵਾ ਜਗ੍ਹਾ ਦਾ ਆਪਾਂ ਕਹਿ ਨਹੀਂ ਸਕਦੇ, ਅੱਜ ਵੀਰੇ ਇਹਨੂੰ ਬੱਚੀ ਪਰਖ ਕੇ ਲਈ ਹੋਈ ਆ ਮੇਰੀ ਪੂਰੀ, ਠੀਕ ਹੈ। ਕੋਈ ਭੈਣ ਭਰਾ ਆਉਂਦਾ ਆਓ, 2 ਡੰਗ ਚੋਵੋ, ਸ਼ਾਮ ਨੂੰ ਚੋਵੋ, ਸੁਬਾਹ ਚੋਵੋ, ਠੀਕ ਨੀ ਗੱਲ, ਲੀਟਰ ਨਾਲ, ਕਿਉਂਕਿ ਇਹ ਦੂਜੇ ਘਰੇ ਆ ਕੇ ਨਾ ਥੋੜਾ ਜਿਹਾ ਪਸ਼ੂ ਕਰਦਾ ਉੱਪਰ, ਠੀਕ ਹੈ। ਹੁਣ ਆ ਕੇ ਹਜੇ ਆਈ ਆ, ਗੱਡੀ 'ਚ ਪੱਠੇ ਨੀ ਖਾਧੇ ਗਏ, ਪਾਣੀ ਪੂਣੀ ਪੀਊਗੀ, ਪੱਠੇ ਖਾਊ, ਪਸ਼ੂ ਦੁੱਗਣਾ ਸੋਹਣਾ ਲੱਗਣ ਲੱਗ ਗਿਆ, ਠੀਕ ਹੈ। ਬਾਕੀ ਅਗਲੇ ਨੇ ਆ ਕੇ ਦੇਖ ਹੀ ਲੈਣਾ ਜਿਹੜਾ ਹੈਗਾ ਨਾ ਦੋਸਤੋ, ਦੇ ਸਕਦੇ 48,000 ਬਾਈ ਨੇ ਮੁੱਲ ਕਰਤਾ, ਮਾੜਾ ਮੋਟਾ ਮਾਣ ਤਾਂ ਤੁਹਾਡਾ ਹੋ ਜਾਊਗਾ, ਫਿਕਸ ਜੇ ਵਾਂਗੂ ਪ੍ਰਾਈਜ਼ ਆ। ਬਾਕੀ ਬਾਈਆਂ ਦਾ ਆ ਕੇ ਤਸੱਲੀ ਕਰ ਲਓ, ਭਾਵੇਂ 2 ਡੰਗ ਚੋਲੋ, 3 ਡੰਗ ਚੋਲੋ, ਠੰਡੀ ਸੀਲ ਦਾ ਤਾਂ ਕੋਈ ਦੋਸਤੋ ਅੰਤ ਹੀ ਨਹੀਂ, ਥਣ ਹਵਾਨਾ ਤੁਹਾਨੂੰ ਫਿਰ ਦਿਖਾ ਦਿੰਦੇ ਹਾਂ, ਆਪਾਂ ਕਲੋਜ਼ ਹੀ ਲਈ ਫਿਰਦੇ ਹਾਂ, ਬੱਚੇ ਦਾ ਵੀ ਕਰਦੀ ਆ, ਦੇਖ ਸਕਦੇ ਹੋ। ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਨਗ ਹੀ ਆ ਕਿ ਹੋਰ ਨਗ ਵੀ ਆ ਬਾਈ? ਨਹੀਂ ਜੀ, ਇੱਕ ਹੀ ਆ ਜੀ, ਠੀਕ ਹੈ ਜੀ। ਦੋਸਤੋ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਇੱਕ ਨਗ ਵਿਕਾਊ ਆ, ਜਿਹੜੇ ਵੀਰ ਨੂੰ ਪਸੰਦ ਆਵੇ ਜਾਨਵਰ ਬਾਈ ਨਾਲ ਸੰਪਰਕ ਕਰ ਲਓ, ਬਾਈ ਦਾ ਨੰਬਰ ਸਕਰੀਨ 'ਤੇ ਚੱਲਦਾ ਹੈਗਾ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ, ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਤੁਹਾਡਾ।